ਅੱਜ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਕੰਬਾਈਂਡ ਲੀਡਰਸ਼ਿਪ ਗਵਰਨਰ ਸਾਹਿਬ ਨੂੰ ਮਿਲ ਕੇ ਆਈ ਹੈ ਅਤੇ ਉਹਨਾਂ ਨੂੰ ਦੱਸ ਕੇ ਆਈ ਹੈ ਕਿ ਪੰਜਾਬ ਸਰਕਾਰ ਨੇ ਪੰਜਾਬੀਆਂ ਦਾ ਅਤੇ ਸਿੱਖ ਇਤਿਹਾਸ ਨੂੰ ਬਿਲਕੁਲ ਹੀ ਆਪਣੇ ਐਜੂਕੇਸ਼ਨ ਸਿਸਟਮ 'ਚੋਂ ਡਿਲੀਟ ਕਰ ਦਿੱਤਾ। ਇੱਕ ਬਹੁਤ ਵੱਡਾ ਹਮਲਾ ਪੰਜਾਬੀਆਂ 'ਤੇ ਸਿੱਖ ਕੌਮ 'ਤੇ ਇਹਨਾਂ ਨੇ ਕੀਤਾ। ਜਿਹੜੇ ਦੇਸ਼ ਦਾ ਇਤਿਹਾਸ ਖਤਮ ਹੋ ਜਾਵੇ, ਜਿਹੜੇ ਸੂਬੇ ਦਾ ਇਤਿਹਾਸ ਖਤਮ ਹੋ ਜਾਵੇ, ਜਾਂ ਨੈਕਸਟ ਜਨਰੇਸ਼ਨ ਔਰ ਸੂਬੇ ਇਤਿਹਾਸ ਨਾ ਪੜ੍ਹੇ ਜਾਂ ਉਹਨਾਂ ਨੂੰ ਮੌਕਾ ਨਾ ਮਿਲੇ, ਉਹਨੂੰ ਨਾ ਤਾਂ ਲੋਕ ਮਾਫ਼ ਕਰਦੇ, ਨਾ ਹਿਸਟੋਰੀਅਨਸ ਮਾਫ਼ ਕਰਦੇ ਆ, ਨਾ ਉਹ ਕੌਮਾਂ ਅਤੇ ਦੇਸ਼ ਅੱਗੇ ਵੱਧਦੇ ਆ। ਅਤੇ ਮੈਂ ਹੈਰਾਨ ਹੈ ਕਿ ਆਪਾਂ ਦੂਜਿਆਂ ਨੂੰ ਕੀ ਕਹੀਏ। ਆਪਣੇ ਹੀ ਮੁੱਖ ਮੰਤਰੀ ਨੇ, ਆਪਣੀ ਕਾਂਗਰਸ ਸਰਕਾਰ ਨੇ ਪੰਜਾਬ ਦਾ ਹਿਸਟਰੀ ਦੀ ਬੁੱਕ ਹੀ ਖਤਮ ਕਰਤੀ। ਪੰਜਾਬ ਦੀ ਹਿਸਟਰੀ ਦੀ ਐਜੂਕੇਸ਼ਨ 12th ਕਲਾਸ ਦੀ ਬਿਲਕੁਲ ਖਤਮ ਕਰਕੇ 550 ਪੇਜ ਦੀ ਹਿਸਟਰੀ ਨੂੰ ਇਕੱਲੇ 90 ਪੇਜ ਕੰਸਾਈਜ਼ ਕਰ ਦਿੱਤਾ। ਕੋਈ 94 ਪੇਜਸ ਦੀ ਗੁਰੂ ਸਾਹਿਬਾਨ ਦੀ ਦੱਸੇ ਗੁਰੂ ਸਾਹਿਬਾਨ ਦੀ ਹਿਸਟਰੀ ਨੂੰ ਇਕੱਲੇ 24 ਲਾਈਨਾਂ 'ਚ ਹੀ, ਜਿੱਥੇ 97 ਪੇਜਸ ਆ ਉੱਥੇ 24 ਲਾਈਨਾਂ 'ਚ, ਬਾਕੀ ਵੀ ਸਾਰੇ ਜਿੰਨੇ ਫੇਜਸ ਸੀ ਸਾਡੇ ਸਿੱਖ ਹਿਸਟਰੀ ਖਤਮ ਕਰ ਦਿੱਤੇ। ਅਸੀਂ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਹੈ ਅਤੇ ਗਵਰਨਰ ਸਾਹਿਬ ਵੀ ਕਾਫੀ ਹੈਰਾਨ ਸੀ ਕਿ ਇਹ ਜਿਹਾ ਬਲੰਡਰ ਕਿਵੇਂ ਇਹ ਸਰਕਾਰ ਕਰ ਸਕਦੀ ਹੈ। ਉਹਨਾਂ ਨੇ ਅਸੀਂ ਉਹਨਾਂ ਨੂੰ ਪੂਰੀ ਡਿਟੇਲਡ ਦਿੱਤੀ ਹੈ, ਐਂਡ ਹੀ ਅਸ਼ੋਰਡ ਅਸ ਦੈਟ ਹੀ ਵਿਲ ਟੇਕ ਇਟ ਅਪ ਵਿਦ ਦ ਸਟੇਟ ਗਵਰਨਮੈਂਟ। ਦੂਜੀ ਗੱਲ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਇੱਕ ਨੋਟੀਫਿਕੇਸ਼ਨ ਕੀਤੀ ਕਿ ਜਿਹੜੀਆਂ ਸਿੱਖ ਲੇਡੀਜ਼ ਹੈ, ਲੜਕੀਆਂ, ਜੇ ਉਹ ਪਗੜੀ ਨਹੀਂ ਬੰਨਦੀਆਂ ਤਾਂ ਹੈਲਮਟ ਉਹਨਾਂ ਨੂੰ ਪਾਉਣੀ ਪੈਣਾ। ਆਹ ਵੀ ਇਸ਼ੂ SGPC ਦੇ ਪ੍ਰਧਾਨ ਵੀ ਸਾਡੇ ਸਾਹਿਬ ਨਾਲ ਸੀ, ਸਾਰੀ ਲੀਡਰਸ਼ਿਪ ਨੇ ਕਿਹਾ ਕਿ ਹੈਲਮਟ ਇੱਕ ਰਿਲੀਜੀਅਸ ਇਸ਼ੂ ਹੈ। ਸਿੱਖ ਕਮਿਊਨਿਟੀ ਕਿਤੇ ਹੈਲਮਟ ਨਹੀਂ ਪਾਉਂਦੀ, ਭਾਵੇਂ ਆਰਮੀ ਵਿੱਚ ਜਿਹੜੇ ਬੁਲੇਟ ਪਰੂਫ ਹੈਲਮਟਸ ਲੱਗੇ ਆ, ਪਰ ਜਿਹੜੇ ਸਿੱਖ ਸੋਲਜਰ ਉਹ ਪਗੜੀ ਬੰਨਦੇ ਆ। ਤਾਂ ਇੱਕ ਇਮੋਸ਼ਨਲ ਸੈਂਟੀਮੈਂਟਲ ਰਿਲੀਜੀਅਸ ਇਸ਼ੂ ਹੈ ਅਤੇ ਇੱਥੇ ਆਹ ਜਿਹੜਾ ਨੋਟੀਫਿਕੇਸ਼ਨ ਨੂੰ ਚੇਂਜ ਕੀਤਾ ਜਾਏ। ਗਵਰਨਰ ਸਾਹਿਬ ਐਪਰੀਸ਼ੀਏਟਡ ਆਰ ਵਿਊਜ਼ ਐਂਡ ਹੀ ਸੈਲ ਹੀ ਵਿਲ ਲੁੱਕ ਇਨ ਟੂ ਇਟ ਪੋਜ਼ਿਟਿਵਲੀ। ਸੈਂਡ ਮਾਫੀਆ ਦਾ ਕਿੰਗ ਲਾਡੀ ਨੂੰ ਟਿਕਟ ਦੇ ਦਿੱਤੀ, ਇਹ ਤੋਂ ਵੱਡਾ ਸਬੂਤ ਕੀ ਚਾਹੀਦਾ ਕਿ ਸਰਕਾਰ ਸੈਂਡ ਮਾਫੀਆ ਦੀ ਕੰਟਰੋਲ 'ਚ ਹੈ ਅਤੇ ਸੈਂਡ ਮਾਫੀਆ ਨੂੰ ਪ੍ਰਮੋਟ ਕਰ ਰਹੀ ਹੈ ਅਤੇ ਨੋਨ ਅਵੇਲੇਬਲ ਉਹਦੇ 'ਤੇ ਅਰੈਸਟ ਹੈ। ਹੀ ਸ਼ੁੱਡ ਬੀ ਇਮੀਡੀਏਟਲੀ ਅਰੈਸਟਡ। ਕਿ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹੜੀ ਨਵੀਂ ਕਿਤਾਬ ਛਾਪ ਕੇ ਆ ਕਲੀਅਰ ਗਾਂਧੀ ਪਰਿਵਾਰ ਦਾ ਇਸ਼ਾਰਾ ਲੱਗਦਾ ਹੈ। ਗਾਂਧੀ ਪਰਿਵਾਰ ਦੀ ਹੇਟਰਿਡ ਸਿੱਖ ਕਮਿਊਨਿਟੀ ਤਰਫ ਅਤੇ ਪੰਜਾਬੀਆਂ ਤਰਫ। ਹੁਣ ਪਹਿਲੇ ਉਹਨਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਹਜ਼ਾਰਾਂ ਭੈਣਾਂ ਭਰਾਵਾਂ ਦਾ ਕਤਲੇਆਮ ਕੀਤਾ, ਅਤੇ ਹੁਣ ਪੰਜਾਬ ਦੀ ਕੌਮ ਦੀ ਹਿਸਟਰੀ ਦਾ ਕਤਲ ਕਰਨ ਲੱਗੇ ਹੈ। ਇਹ ਤੋਂ ਵੱਡੀ ਦੁਸ਼ਮਣੀ ਅਤੇ ਕਹਿ ਜਿਹਾ ਚਿਹਰਾ ਉਹਨਾਂ ਸਾਰੇ ਸਾਹਮਣੇ ਆ ਗਿਆ ਅਤੇ ਸਾਰੇ ਪੰਜਾਬੀ ਅਤੇ ਸਿੱਖ ਕੌਮ ਗਾਂਧੀ ਪਰਿਵਾਰ ਨਾਲ ਲੜੂਗੀ।